ਤੇ ਪੈ ਗਏ। ਮੇਰੀ ਜ਼ਬਾਨ ਸਮਝ ਆ ਰਹੀ ਹੈ? ਮੈਨੂੰ ਕੁੱਤੇ ਪੈ ਗਏ, ਮੈਂ ਜੋ ਵੱਟੇ ਨੂੰ ਹੱਥ ਕਰਤਾ ਤਾਂ ਵੱਟੇ ਬੱਧੇ 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 ਵੱਟੇ ਪਟੀਂਦੇ ਰਹਿੰਦੇ ਉਹ ਰੋੜੇ ਉਹ ਢੀਲੇ ਉਹ ਜ਼ਮੀਨ ਮੇ ਫਸੇ ਹੋਏ ਨਿਕਲਤੇ ਨਹੀਂ। ਮੈਂ ਬੜਾ ਹੈਰਾਨ, ਮੈਂ ਕਿਹਾ ਯਾਰ ਅਜੀਬ ਲੋਕ ਹੈ, ਕੁੱਤੇ ਖੁੱਲੇ ਛੋੜ ਦਿੱਤੇ ਨੇ ਤੇ ਵੱਟੇ ਬੰਨ ਛੋੜੇ ਨੇ, ਅਜੀਬ ਲੋਕ ਹੈ ਨੀ ਆਪ। ਸ਼ੇਖ ਸਾਦੀ ਫਰਮਾਨੇ ਲਗੇ, ਮੈਂ ਭਾਈ ਇਸ ਪੇ ਕੋਈ ਤਬਸਰਾ ਨਹੀਂ ਕਰਦਾ, ਮੈਂ ਇਹ ਸ਼ੇਖ ਸਾਦੀ ਸਾਹਿਬ ਕੀ ਜ਼ਬਾਨ ਮੇ ਹੀ ਕਹੂੰਗਾ। ਅਜੀਬ ਲੋਕ ਹੈ, ਫਸਾਦ ਡਾਲਨੇ ਵਾਲੋ ਕੋ ਖੁਲਾ ਛੋੜ ਰੱਖਾ ਹੈ, ਔਰ ਜੋ ਫਸਾਦ ਮਿਟਾਨਾ ਚਾਹਤੇ ਨਾ ਤੂੰ ਕੁਛ ਨਾ ਕੀਆ, ਤੂੰ ਤਾਂ ਬੜਾ ਸ਼ਰੀਫ ਆਦਮੀ। ਅੱਛਾ ਇੱਕ ਆਪ ਮਿਸਾਲ ਬਤਾਓ, ਅਗਰ ਇਸੀ ਟੋਕੇ ਕੇ ਘਰ ਮੇ ਚੋਰ ਆ ਜਾਏ, ਪੰਜ ਛੇ ਆਦਮੀ ਗੰਨੇ ਲੈ ਕੇ ਆ ਗਏ, ਟੋਕਾ ਸਾਹਿਬ ਤੂੰ ਜੋ ਜੋ ਕਮਾਇਆ ਹੈ 15-15 ਹਜ਼ਾਰ ਰੁਪਏ ਫੀਸ ਲੈਂਦਾ ਹੈ, 20-20 ਹਜ਼ਾਰ ਰੁਪਏ ਸਾਰੀ ਇੱਥੇ ਜਮ੍ਹਾਂ ਕਰਾ, ਨਹੀਂ ਤਾਂ ਫਾਇਰ ਮਾਰ ਦੇ। ਵੋ ਸ਼ੋਰ ਮਚਾਉਣਾ ਚਾਹੇ, ਕੋਈ ਗਲੀ ਮੇ ਆਦਮੀ ਗੁਜ਼ਰ ਕੇ ਗਏ, ਯਾਰ ਤੂੰ ਤਾਂ ਬੜਾ ਅੱਛਾ ਆਦਮੀ ਹੈ, ਤੂੰ ਤਾਂ ਬੜਾ ਨੇਕ ਆਦਮੀ ਹੈ, ਤੂੰ ਤਾਂ ਬੜਾ ਸ਼ਰੀਫ, ਤੂੰ ਤਾਂ ਯਾਰ ਕਿਸੇ ਕੋ ਕੁਛ ਨਹੀਂ ਕਹਿਤਾ, ਤੂੰ ਚੁੱਪ ਕਰ ਜਾ, ਚੁੱਪ ਕਰ ਜਾ, ਚੁੱਪ ਕਰ ਜਾ। ਆਪ ਬਤਾਓ ਇਹ ਆਦਮੀ ਉਸਕੀ ਖੈਰ ਖਾਈ ਕਰ ਰਹਾ, ਬੋਲੋ ਯਾਰ। ਮੇਰੇ ਉੱਪਰ ਜੋ ਕੋਈ ਆਦਮੀ ਇਲਜ਼ਾਮ ਲਗਾਏ ਕਿ ਯਾਰ ਤੂੰ ਬੁਰਾ ਹੈ, ਤੂੰ ਬੁਰਾ ਹੈ, ਤੂੰ ਬੁਰਾ ਹੈ, ਔਰ ਮੈਂ ਨੀਚੇ ਤਸਬੀਹ ਲੈ ਕੇ ਦੇ ਜਨਾਬ ਅਸਤਗਫਿਰੁੱਲਾ ਅਸਤਗਫਿਰੁੱਲਾ ਅੱਲਾ ਅੱਲਾ ਦੀ ਸਰਬਾ ਸ਼ੁਰੂ ਕਰ ਦੇਵਾਂ, ਆਖੇ ਇਹ ਤਾਂ ਪਾਗਲ ਹੈ, ਮੈਂ ਚੁੱਪ ਕਰਕੇ ਆਪਣੇ ਜ਼ਿਕਰ ਨੂੰ ਲੱਗੋ, ਉਹ ਆਖੇ ਇਹ ਐਸਾ ਹੈ ਐਸਾ ਹੈ ਐਸਾ, ਮੈਂ ਚੁੱਪ ਕਰਕੇ ਬੈਠਾ ਰਹਾਂ। ਤੁਹਾਨੂੰ ਹੀ ਤਾਂ ਕੋਈ ਸ਼ੱਕ ਹੋ ਸੀ ਨਾ ਕਿ ਯਾਰ ਇਸ ਬੰਦੇ ਨੂੰ ਕੋਈ ਰੋਲਾ ਤਾਂ ਹੈ ਨਾ, ਚੁੱਪ ਜੂ ਬੈਠ, ਬੋਲੋ ਨਾ ਯਾਰ। ਇੱਕ ਆਦਮੀ ਪੇ ਜੋ ਇਲਜ਼ਾਮ ਲੱਗਦੇ ਰਹੇ ਔਰ ਮੁਖਤਲਫ ਲੋਗ ਉੱਠ ਪੜੇ ਔਰ ਉਮਤ ਮੁਸਲਿਮਾ ਕੋ ਬਦਨਾਮ ਕਰਨੇ ਕੇ ਲੀਏ ਔਰ ਉਮਤ ਮੁਸਲਿਮਾ ਕੇ ਅਕਾਬਰ ਸੁਲਹਾ ਕੋ ਬਦਨਾਮ ਕਰਨੇ ਕੇ ਲੀਏ, ਕਭੀ ਗੁਸਤਾਖ ਕਭੀ ਵਹਾਬੀ ਕਭੀ ਕਾਫਿਰ ਕਭੀ ਮੁਰਤਦ ਕਭੀ ਬੇਈਮਾਨ ਕਭੀ ਦਜਾਲ ਸੇ ਵੀ ਬੜਾ ਕਾਫਿਰ, ਕਭੀ ਕਿਸੀ ਰੰਗ ਮੇ ਕਭੀ ਕਿਸੀ ਰੰਗ ਮੇ ਰਹੇ, ਔਰ ਫਿਰ ਮੈਂ ਚੁੱਪ ਕਰਕੇ ਹੁਜਰੇ ਕੇ ਅੰਦਰ ਬੈਠ ਕੇ ਤਸਬੀਹ ਤਸਬੀਹ ਪੜ੍ਹਦਾ ਰਹੂੰ, ਲੋਕ ਵੀ ਸ਼ੱਕ ਕਰੇਗੇ ਕਿ ਯਾਰ ਕੋਈ ਰੋਲਾ ਤਾਂ ਹੈ ਨਾ, ਇਹਨਾਂ ਨੂੰ ਚੁੱਪ ਕਰਕੇ ਬੈਠੇ ਨੇ। ਇਸ ਲਈ ਜਵਾਬ ਦੇਣਾ ਵੀ ਕਿਆ ਹੈ, ਹਜ਼ਰਤ ਅਬੂ ਬਕਰ ਸਿੱਦੀਕ ਕੇ ਪਾਸ ਪਾਸ ਇੱਕ ਆਦਮੀ ਆਇਆ, ਬਲਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਹੁਦੈਬੀਆ ਕੇ ਮੌਕੇ ਪੇ ਖੜੇ ਹੈ ਆਪ, ਇੱਕ ਕਾਫਿਰ ਆ ਗਿਆ ਔਰ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੀ ਦਾੜੀ ਮੁਬਾਰਕ ਕੋ ਹੱਥ ਲਗਾਣੇ ਲਗਾ, ਉਨਕਾ ਭਤੀਜਾ ਸਹਾਬੀ ਦਾ ਉਸ ਚਾਚੇ ਨੂੰ ਆ ਗਿਆ, ਚਾਚਾ ਹੱਥ ਪਰ ਅਗਰ ਉਹ ਵੱਤ ਲਾਵਣ ਲੱਗਾ, ਮੈਂ ਤੈਨੂੰ ਰੋਕਿਆ ਨਹੀਂ, ਹੱਥ ਮੇਰੇ ਨਾ ਵੜ ਦੇ, ਹੱਥ ਪਰੇ ਕਰ, ਪਲੀਦ ਹੱਥ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੀ ਦਾੜੀ ਮੁਬਾਰਕ ਪਤਾ ਲਗਾ, ਸਾਹਬੀ ਕਹਿਣੇ ਲਗਾ, ਉਸ ਨੂੰ ਉੱਠੀ ਵੱਟ ਤਕਲੀਫ, ਉਹ ਵੰਜਣ ਵਾਲੇ ਆਖਣ ਲੱਗਾ ਕਿ ਅਨ ਕਰੀਬ ਤੇਰੇ ਦੋਸਤ ਤੁਝੇ ਛੋੜ ਜਾਏਗੇ, ਇਹ ਵੋ ਕਾਫਿਰ ਕਹਿਣੇ ਲਗਾ। ਹਜ਼ਰਤ ਅਬੂ ਬਕਰ ਆਗੇ ਹੋਏ, ਫਰਮਾਨੇ ਲਗੇ ਓਮ ਸੁਸ ਬਜ਼ਰ ਅੱਲਾ, ਤੂੰ ਤਾਂ ਵੰਜਣਾ ਸ਼ੈਤਾਨ ਦੀ ਸ਼ਰਮਗਾ ਚੱਟ, ਇਹ ਜਵਾਬ ਹਾਂ ਹਾਂ, ਅਗਰ ਹਦੀਸ ਕੀ ਕਿਤਾਬ ਮੇ ਇਹ ਲਫ਼ਜ਼ ਨਾ ਹੋ ਓਮ ਸੁਸ ਬਜ਼ਰ ਅੱਲਾ, ਜੋ ਸਜ਼ਾ ਚੋਰ ਕੀ ਮੈਂ ਭੁਗਤਨੇ ਕੇ ਲੀਏ ਤਿਆਰ ਹੂੰ, ਪੈਗੰਬਰ ਕੇ ਸਹਾਬਾ ਨੇ ਇਹ ਜਵਾਬ ਕਾਫਿਰ ਕੋ ਦੀਆ ਹੈ, ਪੈਗੰਬਰ ਕੀ ਮੌਜੂਦ ਕੀ ਮੈਂ ਦੀਆ ਹੈ, ਸਰਕਾਰ ਕੀ ਮੌਜੂਦ ਕੀ ਮੈਂ ਦੀਆ ਹੈ, ਮਾਲੂਮ ਹੋ ਗਿਆ ਜੋ ਨਾ ਕਿਸੇ ਪੇ ਇਲਜ਼ਾਮ ਲਗਾਇਆ ਜਾਏ ਉਸਕਾ ਜਵਾਬ ਈਂਟ ਕੀ ਮੁਕਾਬਲੇ ਮੇ ਪੱਥਰ ਕੀ ਤਰ੍ਹਾਂ ਹੋਣਾ ਚਾਹੀਏ, ਇਹ ਪੈਗੰਬਰ ਕੀ ਸੁਨਨਤ ਹੈ, ਸਹਾਬਾ ਤੂੰ ਮੁਝੇ ਰੋਕਤਾ ਹੈ ਲੇਕਿਨ ਮੈਂ ਸਿਰਫ ਉਮਤ ਮੁਸਲਿਮਾ ਕੀ ਖੈਰ ਖਾਈ ਕੇ ਲਈ ਆਜ ਸਿਰਫ ਇੱਕ ਹੱਥ ਦਿਖਾ ਕੇ ਜਾ ਰਹਾ ਹੂੰ। ਮਾਂ ਹੈ ਨਾ, ਮਾਂ ਬੱਚੇ ਕੋ ਇੱਕ ਹੱਥ ਦਿਖਾਤੀ, ਇਹ ਮੇਰਾ ਬੇਟਾ ਇਧਰ ਆ ਮੇਰੇ ਪਾਸ ਆ, ਇਹ ਚੀਜ਼ ਵੀ ਹੈ, ਇਹ ਬਿਸਕਟ ਵੀ ਹੈ, ਇਹ ਟਾਫੀਆਂ ਵੀ ਹੈ, ਇਹ ਮੈਂ ਤੇਰੇ ਲਈ ਚੀਜ਼ ਲੈ ਬੈਠੀ ਹੂੰ, ਆ ਜਾ ਆ ਜਾ, ਅਗਰ ਉਹ ਨਾ ਹੈ ਤਾਂ ਵੱਧ ਇੱਕ ਕੱਢ ਕੇ ਰੱਖ ਦਈਏ, ਮੇਰਾ ਪੁੱਤਰ ਅਗਰ ਤੂੰ ਹੁਣ ਇਹ ਸਰ ਜ਼ਮੀਨ ਤੇ ਪਾਉ ਕਿਉਂ ਤਾਂ ਤੇਰੇ ਨਾਲ ਹੀ ਜੋ ਥੋਪਾ ਰੱਖਾਂ ਮੈਂ ਇਨਸ਼ਾਅੱਲਾ ਕਿ ਕਰੇ ਸ਼ਾ ਆਖਿਰ ਦਾਵਾ ਤਮਾਮ ਬਾਬ। تیسرا یہ سارا اجتماع اس بات کی متفقہ قرارداد منظور کرتا ہے کہ ممتاز قادری کو رہا کیا جائے،
جمعیت علماء اسلام کے سربراہ حضرت مولانا فضل الرحمان پر خودکش حملوں کے لیے سارا اجتماع شدید مذمت کرتا ہے۔ آمین۔ الحمدللہ رب العالمین والصلاۃ والسلام علی خاتم الانبیاء المرسلین، اللہم صلی علی سیدنا مولانا محمد و بارک وسلم۔ اے اللہ، تیری توفیق سے جو محفل کا پروگرام منعقد ہوا ہے اس کو اپنی بارگاہ میں قبول فرما۔ اے اللہ، جتنے اکابر علماء کرام نے قرآن و سنت کی روشنی میں بات کی ہے، اے اللہ اس پر ہم سب کو عمل کرنے کی سعادت نصیب فرما۔ اے اللہ، ساری امت کو اجتماعی توبہ کرنے کی توفیق نصیب فرما۔ علماء حق، علماء دیوبند کی حفاظت فرما، دینی مدارس کی حفاظت فرما۔ اے اللہ، لال مسجد کے شہداء کی قربانیوں کو قبول فرما۔ ڈرون حملوں میں جتنے شہداء ہو رہے ہیں، اللہ ان کی شہادتوں کو قبول فرما۔ اے اللہ، میں اخلاص نصیب فرما، حضور پاک صلی اللہ علیہ وسلم کی سچی محبت غلامی نصیب فرما، صحابہ کے نقش قدم پر چلنے کی سعادت نصیب فرما۔ صلی اللہ تعالیٰ علی خیر خلقی محمد عام صاحب۔ بائیس اپریل جمعہ کا خطاب جامع مسجد تقویٰ بنگش کالونی میں انشاءاللہ مسعود الرحمٰن عثمانی صاحب خطاب فرمائیں گے۔